ਫੋਨ ਲਾਈਏ ਹੁਣ। ਹੈਲੋ, ਹਾਂਜੀ, ਮੈਂ ਤਾਂ ਠੀਕ ਹਾਂ, ਵਧੀਆ। ਕੁਛ ਨਹੀਂ, ਬਸ ਮਸ਼ੀਨ ਜੀ ਲਾ ਰੱਖੀ ਹੈਗੀ ਖੇਤ। ਹਾਂ, ਵੱਢੀ ਜਾਂਦੇ ਆਪ ਹੀ ਬਾਈ ਹੋਰੇ ਲੱਗੇ ਪਏ। ਲੈ, ਉਹ ਮੈਨੂੰ ਕੀ ਲੋੜ ਆ, ਮੈਂ ਤਾਂ ਪਿਆ ਮਾਂ ਉਹਦੇ ਨਾਲ ਛਾਵੇਂ ਬੱਕਰੇ ਦੀ, ਆਪੇ ਕਰ ਲੈਣਗੇ, ਮੈਂ ਕਿੱਥੇ ਕਰਦਾ, ਤੈਨੂੰ ਪਤਾ ਤਾਂ ਹੈਗਾ। ਹੋਰ ਤੁਸੀਂ ਦੱਸੋ ਕੀ ਕਰੀ ਜਾਂਦੇ ਸੀ। ਹੈਂ, ਅੱਛਾ, ਕਿੰਨੇ ਕੁ? ਕੋਈ ਨੀ, ਗੱਲ ਤਾਂ ਹੈਗੀ ਆ ਪਾਲੀ, ਹੈ ਨਾ, ਆਪਣੀ ਮੱਖਾਂ 'ਚ ਕਣਕ ਸਾਰੀ ਨਿਬੜ 'ਚ ਵੱਟੀ ਜਾਣੀ ਆ। ਹੋਰ ਚੱਲ, ਪਹਿਲਾਂ ਤਾਂ ਇਕੱਲਾ ਸੀ, ਹੁਣ ਦੁਨੇ ਭਾਈ। ਨਹੀਂ, ਸੂਟ ਤਾਂ ਆਪ ਹੈ, ਦੇਖ ਲਾ ਲੈ, ਘਰੋਂ ਦਾ ਕਹਿੰਦਾ ਕਿ ਮੈਂ ਖੇਤ ਜਾਣਾ ਕੰਮ ਕਰਵਾਉਣਾ। ਲੈ ਆਪ ਹੈ, ਦੇਖ ਲੰਬੀਆਂ ਤਾਣੀ, ਉਹ ਵਿਚਾਰਾ ਨਾ ਇਕੱਲਾ ਫਿਰ ਉੱਥੇ ਸਾਹੋ ਸਾਹੀ ਹੋਇਆ ਪਿਆ। ਹਾਂ, ਦੇਖ ਤਾਂ ਸਹੀ, ਤਾਂ ਮੁੰਡੇ ਨੇ ਜਮੀ ਸੰਗ ਲਾ ਦਿੱਤੀ ਆ। ਹਾਂਜੀ ਹਾਂਜੀ, ਮੇਰੀ ਗੱਲ ਸੁਣ, ਪਹਿਲਾਂ ਇੱਕ ਮਿੰਟ ਹੋਲਡ ਕਰੀ, ਤੈਨੂੰ ਮੈਂ ਲਾਉਣਾ ਕੱਟ ਕੇ। ਬੈਠ ਪਹਿਲਾਂ ਤਾਂ, ਨਾ ਬੂਟ ਲੈ ਕੇ ਤੂੰ ਮੰਜੇ ਤੇ ਪਿਆ ਗਾ, ਪਤਾ ਕਿੰਨਾ ਮੱਥਾ ਮਾਰਿਆ ਸੀ ਇਹਨੂੰ ਬੁਣਨ ਨੂੰ। ਕੋਈ ਨਾ ਫਿਰ, ਇਹਨੂੰ ਕੀ ਹੋ ਗਿਆ, ਧੋਤਾ ਜਾਊ ਇਹ ਕੀ। ਕੋਈ ਨਾ ਫਿਰ, ਆ ਫੜੋ ਪਹਿਲਾਂ ਤਾਂ ਚਾਹ ਨਾ। ਓਹੋ, ਵਿਚਾਰਾ ਮਸ਼ੀਨ ਨਾਲ ਦੇਖੀ ਮੱਥਾ ਮਾਰੀ ਜਾਂਦਾ, ਤੇ ਤੂੰ ਜਾ ਨਹੀਂ ਸਕਦਾ ਧੁੱਪ 'ਚ। ਲੈ, ਮੈਂ ਪਹਿਲਾਂ ਕਿੰਨਾ ਕਰੀ ਆ ਖੇਤੀ, ਤੈਨੂੰ ਪਤਾ ਤਾਂ ਹੈਗਾ ਭਾਬੀ। ਨਾ ਮੇਰੀ ਗੱਲ ਸੁਣ, ਨਾ ਜੇ ਤੂੰ ਪਹਿਲਾਂ ਨਹੀਂ ਕਰੀ ਤਾਂ ਫਿਰ ਹੁਣ ਕਰਨੀ ਸਿੱਖ ਲੈ, ਵੀ ਸਾਰੀ ਉਮਰ ਵਿਹਲਾ ਬੈਠੇ ਹੀ ਖਾਏਗਾ। ਕੋਈ ਨਾ, ਮੈਂ ਪੇਪਰ ਭਰੇ ਤਾਂ ਹੋਏ ਹੈਗੇ, ਜਦੋਂ ਨੰਬਰ ਪੈ ਗਿਆ ਮੈਂ ਤਾਂ ਨੌਕਰੀ ਕਰੂ। ਮੇਰੀ ਗੱਲ ਸੁਣ, ਆ ਫਿਰ ਰੋਟੀ ਥਮੇ ਪੇਪਰ ਹੀ ਖਾ ਲਿਆ ਕਰ ਤੂੰ, ਆ ਰੋਟੀਆਂ ਨਾ ਡੱਫਿਆ ਕਰ। ਤੈਨੂੰ ਪਤਾ ਨੀ ਮੈਥੋਂ ਨੀ ਹੁੰਦਾ ਕੰਮ, ਧੁੱਪ ਪਤਾ ਕਿੰਨੀ ਆ। ਪਹਿਲਾਂ ਤਾਂ ਮੈਨੂੰ ਐ ਸੀ ਮੈਂ ਕਰਾ ਦੂੰਗਾ ਕੰਮ ਆ ਕੇ, ਜਦੋਂ ਮੈਂ ਬਾਹਰ ਆ ਕੇ ਦੇਖਾ ਧੁੱਪ ਹੀ ਬਾਹਲੀ ਸੀ, ਮਹਾ ਕਿਹੜਾ ਜਾਵੇ ਬੰਦਾ ਨੀ ਜਿਹੜਾ ਮਸ਼ੀਨ ਤੇ ਚੜਿਆ ਬੈਠਾ ਬੰਦਾ। ਹੁਣ ਤਾਂ ਆਦਤ ਪੈ ਰਹੀ ਹੈ ਭਾਬੀ, ਹੁਣ ਤੈਨੂੰ ਪਤਾ ਉਹ ਤਾਂ ਸ਼ੁਰੂ ਤੋਂ ਕਰਦਾ ਹੈ ਨਾ, ਉਹਨੂੰ ਆਦਤ ਪੈ ਰਹੀ ਹੈ, ਮੈਥੋਂ ਨੀ ਧੁੱਪੇ ਜਾਈਦਾ। ਨਾ ਜੇ ਉਹਨੂੰ ਆਦਤ ਪਈ ਨੀ, ਉਹਦੀ ਮਜਬੂਰੀ ਹੈ, ਤੇਰਾ ਸਰਦਾ ਇੱਥੇ ਬੈਠੇ ਦਾ। ਓਏ, ਕੁਛ ਨੀ ਹੁੰਦਾ, ਤੁਸੀਂ ਤਾਂ ਮੇਰੀ ਗੱਲ ਸੁਣ, ਆ ਚਾਹ ਫੜ, ਚੁੱਪ ਕਰਕੇ ਤੁਰਦਾ ਲੱਗ, ਉਹਨੂੰ ਚਾਹ ਪਾਣੀ ਫੜਾਇਆ ਨਾਲੇ, ਉਹਨੂੰ ਭੇਜ ਦੇ ਸਾਹਮਣੇ। ਨਹੀਂ, ਦੂਰ ਆ ਗਈ ਹੁਣ, ਤੂੰ ਦੇਖੀ ਭਾਬੀ, ਤੁਸੀਂ ਤਾਂ ਵਗ ਜਾਨੀ ਹੋ, ਜੇ ਤੂੰ ਹੀ ਫੜਾਇਆ ਨਾ ਹੁਣ, ਮੈਂ ਮੜਾ ਇਹਨੇ ਕੋਈ ਜ਼ਰੂਰੀ ਫੋਨ ਕਰ। ਕਿਹੜਾ ਜ਼ਰੂਰੀ ਫੋਨ, ਪਤਾ ਹੀ ਜਿਹੜਾ 24 ਘੰਟੇ ਘਰੇ ਲੱਗਿਆ ਰਹਿੰਦਾ, ਉਹੀ ਇੱਥੇ ਲੱਗਿਆ ਰਹਿੰਦਾ, ਵੀ ਤੈਨੂੰ ਕੁਛ ਨੀ ਉਹਨੇ ਖਾਣ ਨੂੰ ਦੇਣਾ, ਠੀਕ ਹੈ, ਤੇਰੇ ਵਰਗੇ ਦੇ ਖਾ ਕੇ ਸਾਰੇ ਪਏ, ਦੋ ਛਿੱਤਰ ਮਾਰ ਕੇ ਭੱਜ ਜਾਂਦੀਆਂ ਨੇ, ਫਿਰ ਤੇਰੇ ਵਰਗਾ ਲਾਉਂਦਾ ਰਹਿੰਦਾ ਸੈਡ ਸੌਂਗ ਧਰਮਪ੍ਰੀਤ ਦੇ। ਉਹ ਕੋਨੂੰ ਉਹੀ ਗੱਲਾਂ ਕਰੀ ਜਾਂਦੀ ਆ, ਓਏ ਉਹ ਤਾਂ ਮੈਂ ਨਾ ਸਿਲੇਬਸ ਬਾਰੇ ਪੁੱਛੀ ਜਾਂਦਾ ਸੀ ਮੁੰਡੇ ਦਾ। ਪਤਾ ਹੀ ਹੈ ਮੈਨੂੰ ਕਿਹੜਾ ਕਾਦੇ ਬਾਰੇ ਪੁੱਛਦਾ ਹੁੰਦਾ। ਆਹੋ, ਕਹਿਣਾ ਵੀ ਨਹੀਂ। ਕੋਈ ਨਾ, ਤੂੰ ਫੜਾਇਆ ਨਾ, ਦੇਖਿਓ ਫਿਰਦਾ ਬਾਈ। ਤੂੰ ਮੇਰੀ ਗੱਲ ਸੁਣ, ਮੈਨੂੰ ਉਹਨੇ ਕਹਿ ਤਾਂ ਹੀ ਕਹਿੰਦਾ ਤੂੰ ਮੇਰੀ ਗੱਲ ਸੁਣ, ਤੂੰ ਮੇਰੀ ਗੱਲ ਸੁਣ, ਛੋਟੀਏ
ਉਹਨੂੰ ਉਰੀ ਭੇਜ, ਉਹ ਸਾਵੇਂ ਵੇਖ ਕੇ ਚਾਹ ਪੀਊ, ਜਾਂ ਤੂੰ ਟਰੈਕਟਰ ਤੇ ਬੈਠ 10 ਮਿੰਟ। ਨਾ ਨਾ ਮੈਥੋਂ ਨਹੀਂ ਚਾਹੀਦਾ, ਫਿਰ ਮੈਂ ਚੰਗਾ ਮੰਡੀ ਵਗ ਜਾਂਦਾ। ਮੈਂ ਮੇਰੀ ਗੱਲ ਸੁਣ ਲੈ, ਐਤਕੀ ਫੀਸ ਨੂੰ ਫਿਰ 1 ਰੁਪਿਆ ਨਹੀਂ ਮਿਲਦਾ, ਭਰਨੀ ਜਿੱਥੋਂ ਭਰਨੀ। ਮੈਂ ਆਪੇ ਲੈ ਆਉਂ ਆੜਤੀ, ਨਾ ਉਹ ਤਾਂ ਤੂੰ ਆੜਤੀ ਐ ਚਾ ਆੜਤੀ ਨਾ ਆੜਤੀ ਪੈਸੇ ਫੇਰ ਹੀ ਦਊ ਜੇ ਫਸਲ ਸਿੱਟੂਗਾ ਉੱਥੇ, ਫਸਲ ਦਾ ਕੋਰ ਤੂੰ ਕੁਛ ਕਰਨਾ ਨਹੀਂ। ਉਹ ਕੋਈ ਨਹੀਂ ਬਾਈ, ਹੈਗਾ ਨਾ ਬਸ ਬਾਈ, ਜਦੋਂ ਮੇਰੀ ਤਨਖਾਹ ਆਉਣ ਲੱਗੀ ਨਾ ਆਪੇ ਮੋੜ ਦੂੰਗਾ। ਮੈਂ ਤਨਖਾਹ ਵੀ ਤਾਂ ਹੀ ਆਉ ਜੇ 4 ਪੈਸੇ ਲੱਗ ਕੇ ਕੋਈ ਨੌਕਰੀ ਲੱਗੇਗਾ। ਬਾਈ ਨੂੰ ਦਮ ਵੀ ਦਵਾ ਦਿਆ ਕਰ, ਬਾਈ ਤਾਂ 4 ਸਪੇਰੇ ਦਿੰਦਾ ਤੈਨੂੰ, ਤੇ ਤੈਨੂੰ ਤਾਂ ਕੰਮ ਨਹੀਂ ਦਿੰਦਾ ਬਾਈ ਦੇ ਨਾਲ ਲੱਗ ਜਾ ਬਾਈ। ਉਹ ਮੈਥੋਂ ਹੁੰਦਾ ਨਹੀਂ, ਧੁੱਪ ਬਾਹਲੀ ਹੁੰਦੀ ਹੈਗੀ, ਮੈਂ ਕਿੱਥੇ ਰੱਖਾਂਗਾ ਧੁੱਪ ਜੇ ਤੁਹਾਨੂੰ ਪਤਾ ਹੈਗਾ। ਬਾਈ ਜੀ 4 ਜਾਨਾਂ ਨੇਗੀਆਂ ਤੇਰੇ ਜਿੱਤ ਜਾ। ਤੂੰ ਮੇਰੀ ਗੱਲ ਸੁਣ, ਜੇ ਤੁਰਦਾ ਲੱਗ ਭੱਜਣ ਨੂੰ ਕਹਿ ਦੇ ਕਿ ਜਾ ਕੇ ਸਾਵੇਂ ਚਾਹ ਪੀ ਲੈ ਭਾਬੀ ਅਰ ਗਿਆ। ਮੈਂ ਮੂੰਹ ਨਹੀਂ ਜਾਂਦਾਗਾ, ਮੈਂ ਕਹੀ ਤਾਂ ਨਾ ਮੈਥੋਂ ਨਹੀਂ ਧੁੱਪੇ ਜਾ ਜਾਂਦਾ, ਮੈਂ ਤਾਂ ਮਸਾ ਭਾਲ ਕੇ ਬੈਠਾ ਬਸ। ਹੱਦ ਹੋਊਗੀ ਕੁੜੇ ਲਈਦੀ ਵਾਲੀ ਤਾਂ। ਉਹੀ ਗੱਲ ਆ ਫਿਰ, ਹੁਣ ਇਸੇ ਤਰਖਾਉ ਸਭਦੇ ਨੇ, ਹੋਰ ਕੀ ਆ। ਹੁਣ ਜੇ ਫਿਰ ਉਹਨੇ ਪੁੱਛਿਆ ਵੀ ਉਹ ਸਾਰਾ ਦਿਨ ਖੇਤ 'ਚ ਨਹੀਂ ਵੜਿਆ ਸੀ, ਕੀ ਕਹਾਂਗੇ? ਤੂੰ ਤਾਂ ਲੱਲੂ ਕਿਆ ਪਿਆ ਆ ਪਿਆ ਲੈ ਮੌਜ ਨਾਲ। ਉਹ ਨਹੀਂ, ਮੈਂ ਕਹੀ ਕਿ ਆਇਆ ਸੀਗਾ, ਪਤਾ ਹੈਗਾ ਉਹਨੂੰ। ਅੱਛਾ ਤੈਨੂੰ ਉਹਨੇ ਕਹੀ ਤਾਂ ਵੀ ਜਾ ਕੇ ਪੈ ਜਾ ਮੈਂ ਕੰਮ ਕਰਦਾ। ਉਹ ਕਹਿੰਦਾ ਚੱਲ ਕੋਈ ਨਹੀਂ ਤੂੰ ਉੱਥੇ ਬਹਿ ਜਾ, ਕਹਿੰਦਾ ਵੀ ਮੈਂ ਆਪੇ ਕਰ ਲਊਂਗਾ। ਆ ਟਾਈਮ ਦੇ ਵਿੱਚ ਤਾਂ ਬੰਦਾ ਦਿਹਾੜੀ ਲਾ ਰੱਖਿਆ, ਕਹਿੰਦੇ ਨਹੀਂ ਹੁੰਦੇ ਅੱਡੀ ਨਾਲ ਅੱਡੀ ਨਹੀਂ ਲੱਗਦੀ ਹੈਗੀ। ਦਿਹਾੜੀ ਲਾਉਣੀ ਆ ਫਿਰ, ਨਾ ਦਿਹਾੜੀਆਂ ਦੀ ਕੀ ਲੋੜ ਆ ਜੇ ਦੋਨੇ ਭਾਈ ਰਲ ਕੇ ਕਰੋ ਤੁਸੀਂ। ਕੋਈ ਨੀ, ਮੈਥੋਂ ਤਾਂ ਹੁੰਦਾ ਨੀ ਖੇਤੀ ਖੁਤੀ ਦਾ, ਮੈਂ ਤੈਨੂੰ ਆਖਾਂ ਜਿਹੜੇ ਮੈਨੂੰ ਆਇਆ ਜੇ ਕੋਈ ਬਾਜ਼ਾਰੋਂ ਚੀਜ਼ ਗੋਲ ਗੱਪੇ ਲਿਆ ਕੇ ਦੇਣੇ ਤੈਨੂੰ, ਜੇ ਕੁਛ ਹੋਰ ਲਿਆ ਕੇ ਦੇਣਾ ਮੈਂ ਲਿਆ ਦੂੰ ਤੁਹਾਨੂੰ। ਬਸ ਆਹ ਗੱਲਾਂ ਕਹਿ ਕੇ ਵੜਿਆ ਹੁਣ ਜਾਣਦਾ ਤੂੰ ਤਾਂ, ਲਿਆ ਦੂੰ ਕੋਈ ਨੀ ਮੈਂ ਦੱਸ। ਨਾ ਬਸ ਸਾਨੂੰ ਕੁਛ ਨਹੀਂ ਲੋੜ, ਪੈਸੇ ਫੜ ਲਿਓ। ਆੜਤੀ ਆੜਤੀ ਕੋਲ ਜਾ ਕੇ ਵੀ ਨਾ ਬੈਠੀ, ਪਰ ਹੁਣ ਇਹਦੀ ਅੱਖ ਸਾਰੀ ਜਾਈ ਤੇ ਹੈਗੀ ਵੀ ਹਾਂ ਮੁਰੇ ਕਣਕ ਹੋਵੇ ਬੋਲਟ ਲਵਾਂ ਮੈਂ, ਕੋਈ ਨਾ ਤੈਨੂੰ ਦਵਾਵਾਂਗੇ ਐਤਕੀ ਬੋਲਟ, ਕੰਮ ਤਾਂ ਪੂਰਾ ਨਹੀਂ ਕਰਨਾ। ਲੈ ਹੁਣ ਨੌਕਰੀ ਜਾਨੀ ਆ ਉਦੋਂ ਆਪ ਹੀ ਤਾਂ ਤੂੰ ਕਿਹਾ ਸੀ ਵੀ ਬੋਲਟ ਦਵਾਵਾਂਗੇ। ਹਾਂ ਫਿਰ ਕੰਮ 10 ਦਿਨ ਕੰਮ ਕਰਕੇ ਸਾਨੂੰ ਕੰਮ ਕਰਨ ਲੱਗ ਗਿਆ, ਹੁਣ ਕੋਈ ਨਹੀਂ ਮਿਲਦਾ ਤੈਨੂੰ। ਨਾ ਭਾਈ ਇਸ ਬੇਬੇ ਨੂੰ ਕਹਿ ਦਾਂਗੇ ਕੋਈ ਬੋਲਟ ਨਹੀਂ ਦਵਾਉਣਾ ਸਾਡੇ ਹਿੱਸੇ 'ਚੋਂ, ਕੰਮ ਤਾਂ ਇਹ ਡੱਕਾ ਤੋੜਦਾ ਨਹੀਂ ਆਪਦਾ, ਅੱਡ ਹੋ ਜਾ ਪਰੇ। ਲੈ ਐਂ ਕਿਵੇਂ ਅੱਡ ਹੋ ਜਾ, ਉਦੋਂ ਤੂੰ ਕਹਿ ਕੇ ਹੁਣ ਮੁੱਕਰੀ ਜਾਂਦੀ ਹੈਗੀ, ਐਵੇਂ ਬਾਈ ਨੂੰ ਵੀ ਮੁਕਰਾਏਗੀ ਬਾਈ ਹੁਣ ਬੋਲਟ ਦਵਾਇਆ ਮੈਨੂੰ। ਮੈਂ ਤਾਂ ਫਿਰ ਕਹੂੰ ਨਾ ਨਾ ਬੋਲਟ ਦਵਾਉਣਾ, ਕੋਈ ਬੋਲਟ ਨਹੀਂ, ਬੋਲਟ ਨਹੀਂ ਮਿਲਦਾ, ਚੱਲ ਨਹੀਂ ਚੱਲੀਏ ਉਹਦਾ ਭੁੱਖਾ ਮਰਦਾ ਹੋਊਗਾ। ਚੱਲ ਬੋਲਟ ਤਾਂ ਲਊਂਗਾ ਮੈਂ, ਲੈ ਲਈ ਬੋਲਟ, ਮੈਂ ਕਿਹਾ ਜਿੱਥੋਂ ਲੈਣਾ ਹੋ ਲੈ ਲਈ ਬੋਲਟ। ਇੱਥੋਂ ਕਹਿੰਦਾ ਆਪੇ ਫੜ ਲਊਂਗਾ, ਫੋਨ ਨਾਲ ਹੀ ਦਵਾ ਦੇਣਗੇ ਤੈਨੂੰ। ਮੈਂ ਆੜਤੀ ਤੋਂ ਆਪੇ ਫੜ ਲਊਂਗਾ। ਆੜਤੀ ਕੋਲ ਤੂੰ ਜਾ ਕੇ ਖੜੀ ਆੜਤੀ, ਤੈਨੂੰ ਦੇਲ ਚੜਨ ਦਊ ਨਾ ਆੜਤੀ, ਫਸਲ ਸਿੱਟਦਾ ਐ ਸਾਲ। ਬਾਈ ਨੂੰ ਕਹਿ ਦੂੰਗਾ, ਕਹਿ ਨਹੀਂ ਚੰਗਾ ਬਾਈ ਨੂੰ, ਕੋਈ ਨਾ ਮੈਂ ਆਪੇ ਵਗ ਜੂੰਗਾ ਤੈਨੂੰ। ਸ਼ਰਮ ਨਹੀਂ ਆਉਂਦੀ, 10 ਵਾਲੀ ਚਾਹ ਤੇ 12 ਵਜੇ ਪਏ ਨੇ, ਸਿਰ ਜਾ ਢੱਕ ਕੇ ਵਗ ਜੀ, ਧੁੱਪ ਬਾਹਲੀ ਆ ਭਾਬੀ। ਨਾ ਮੇਰਾ ਨੀ ਰੰਗ ਕਾਲਾ ਹੁੰਦਾ, ਤੂੰ ਆਪਦੇ ਸਾਹਮਣੇ ਰੱਖ ਲੈ, ਐਂ ਦੀ ਲੰਘ ਜਾ, ਕਿਧਰ ਦੀ ਮਰਜ਼ੀ ਜਾਵਾਂ ਤੈਂ ਕੀ ਲੈਣਾ। ਭਾਗ ਜਾ, ਚਲ ਮਸਾ ਖੜਾ ਛੁੱਟਿਆ, ਭਾਜਾ ਨੀ ਇੱਥੇ ਬੈਠ ਪੈਣੇ। ਨੀ ਪਹਿਲਾਂ ਮੇਰੀ ਗੱਲ ਸੁਣ ਦੇਖ ਭਾਈ, ਤੂੰ ਮੇਰੇ ਤੋਂ ਬਾਅਦ ਚੋਂ ਆਈ ਆ ਹਨਾ, ਮੈਂ ਤੇਰੇ ਤੋਂ ਪਹਿਲਾਂ ਆਈ ਆ, ਤੇਰੇ ਵੀਰੇ ਨੇ ਕਿੰਨਾ ਕਮਾਇਆ, ਉਹੀ ਤਾਂ ਮੈਂ ਗੱਲ ਕਰ ਰਹੀ ਆ। ਫੇਰ ਮੇਰੀ ਗੱਲ ਸੁਣ, ਤੇਰੇ ਵਾਲੇ ਨੇ ਬਥੇਰਾ ਕਮਾਇਆ, ਹੁਣ ਤੀਜਾ ਰਹਿ ਗਿਆ ਇਹ ਦੇਖ ਲੈਣ ਤਾਂ ਵਿਹਲੇ ਬੈਠ ਕੇ ਸਰਦਾ। ਮੇਰੀ ਗੱਲ ਸੁਣ, ਸਰਦਾ ਸੁਰਦਾ ਕੋਈ ਨੀ, ਹਜੇ ਵੀ ਟਾਈਮ ਹੈ, ਤੂੰ ਵੀ ਬੀਬੀ ਨਾਲ ਗੱਲ ਕਰੀ, ਮੈਂ ਵੀ ਗੱਲ ਕਰੂੰ, ਪੈਸਾ ਤੈਨੂੰ ਸਭ ਤੋਂ ਵੱਧ ਚਾਹੀਦਾ, ਕੰਮ ਇਹਨੇ ਡੱਕਾ ਨੀ ਤੋੜਨਾ, ਪੈਰ ਤੇ ਮਿੱਟੀ ਨੀ, ਪੈਰ ਤੇ ਮਿੱਟੀ ਨੀ ਪੈਣ ਦੇਣਾ, ਨਾਲੇ ਇਹ ਆਪਦੇ ਆਪ ਖੂਹ ਪੱਟੂ ਆ ਵਿਆਹ ਵਾਲਾ, ਆ ਜਿਹੜੇ ਹਿਸਾਬ ਨਾਲ ਇਹ ਗੱਲਾਂ ਕਰ। ਮੇਰੀ ਗੱਲ ਸੁਣ ਪਹਿਲੇ, ਆਪਾਂ ਭੈਣੇ ਜਾ ਕੇ ਬੀਬੀ ਨਾਲ ਗੱਲ ਕਰ ਦਿਆਂਗੇ ਵੀ ਬੀਬੀ ਇਸ ਤੈਨੂੰ ਅੱਡ ਕਰ ਦਿਆਂ। ਅੱਡ ਗੱਲ ਕੀ ਕਰਨੀ ਹੈ, ਕਹਿ ਦੋ ਭਾਈ, ਹੁਣ ਤੁਸੀਂ ਆਪਦਾ ਦੇਖੋ, ਤੁਸੀਂ ਅੱਡ ਹੋ ਕੇ ਬੀਬੀ ਨੂੰ ਕਹੇ ਤੂੰ ਇਹਦੇ ਨਾਲ ਰਹਿ ਪੈ, ਮੈਂ ਆਪਦਾ ਖਰਚਾ ਵੰਡ ਲੂ, ਭਾਈ ਤੂੰ ਆਪਦਾ ਵੰਡ ਲਈ, ਆਏ ਭਾਈ ਮੇਰਾ ਬੰਦਾ ਨੀ ਕਮਾਉਂਦਾ, ਮੇਰਾ ਬੰਦਾ ਤਾਂ ਕਾਲਾ ਪੁੱਠ ਤੇ ਵਿਰਗਾ ਹੋਇਆ ਪਿਆ ਵਿਚਾਰਾ। ਨਾਲੇ ਇੱਕ ਗੱਲ ਹੋਰ ਦੱਸਾਂ, ਜੇ ਆਪਾਂ ਐ ਸਿੱਧਾ ਜਾ ਕੇ ਕਹਾਂਗੇ ਬੀਬੀ ਨੇ ਤਾਂ ਮੰਨਣਾ ਨੀ, ਆਪਾਂ ਦੋਨੇ ਜਣੇ ਲੜ ਪਾਂਗੇ, ਕਹਿੰਦਾਂਗੇ ਸਾਨੂੰ ਤਾਂ ਅੱਡ ਕਰੋ। ਅੱਡ ਕਰੋ ਬੀਬੀ ਦੇ ਨਾਲੇ, ਨਾ ਉਹੀ ਗੱਲ ਐਸੇ ਦੇ ਪੱਖ ਦੀ ਉਹ ਗੱਲ ਕਰਦੀ ਹੈ, ਨਾਲੇ ਡੱਕਾ ਨੀ ਤੋੜਦਾ, ਫਿਰ ਵੀ ਮੇਰਾ ਪੁੱਤ ਮੇਰਾ ਫਲਾਨਾ ਪੜ੍ਹਦਾ ਹੈਗਾ, ਵੀ ਲੈ ਪੜ੍ਹਦਾ ਦੱਸ, ਇਹ ਪੜ੍ਹਦੇ ਨੂੰ ਇਹ ਇੰਨੀ ਉਹ ਕਰਦੀ ਆ, ਸਾਡੇ ਵਾਲੇ ਸਾਰਾ ਦਿਨ ਖੇਤਾਂ 'ਚ ਮਰਦੇ, ਇਹਨਾਂ ਦੀ ਕੋਈ ਜਾਤ ਨੀ ਪੁੱਛਦਾ। ਉਹੀ ਗੱਲ, ਉਹ ਕਿਹੜਾ ਬੰਦੇ ਨੇ, ਉਹ ਤਾਂ ਪਸ਼ੂ ਨੇ ਖੇਤਾਂ 'ਚ ਫਿਰਨ ਵਾਲੇ, ਇਹੀ ਹੈ ਸਾਰਾ ਕੁਛ।
ਨਾ ਭਾਈ ਲੋੜ ਨੀ, ਮੈਥੋਂ ਤਾਂ ਇਹ ਚੀਜ਼ ਬਰਦਾਸ਼ਤ ਨੀ। ਦੇਖ ਕੱਲ ਨੂੰ ਕੀ ਪਤਾ ਕਿੱਥੋਂ ਲਿਆ ਕੇ ਬਿਠਾਊਗਾ, ਕੀ ਹੈਗੀ ਉਹ ਐਵੇਂ ਉਹ ਗੁੱਤਨੀ ਚੱਕ ਕੇ ਹੱਥ ਪਾਇਆ ਕਰੂਗੀ। ਆ ਤਾਂ ਸਾਰਾ ਦਿਨ ਨੀ ਟਿਕਦੇ, ਪਤਾ ਨੀ ਕੀ ਇਹਨਾਂ ਦੇ ਘਰੇ ਹੈਗਾ ਕੀ ਨਾ। ਮੈਨੂੰ ਲੱਗਦਾ ਕੀ ਢੋਲ ਢਾਲ ਬਣਾਉਣ ਲੱਗ, ਠੱਕ ਠੱਕ ਢੋਲ ਬਣਾਉਂਦੇ ਨੇ, ਇਹਨਾਂ ਤਾਂ ਦਿਨ ਰਾਤ ਦੀ ਢੋਲ ਬਣਦੇ ਨੇ, ਰਾਤ ਨੂੰ ਵੀ ਕਰੀ ਜਾਂਦੇ ਰਹਿੰਦੇ। ਦੱਸ ਹੁਣ ਇਹਨੂੰ ਐ ਨੀ ਸ਼ਰਮ ਆਉਂਦੀ ਵੀ ਸਾ ਤੀਮੀਆਂ ਮਾਨੀਆਂ ਉੱਥੇ ਬੰਦਿਆਂ ਚ ਜਾਣ ਦੀ ਚਾਹ ਤੁਸੀਂ ਫੜਾਇਓ ਵੀ ਤੁਸੀਂ ਫੜਾਇਓ ਵੀ ਦੱਸ ਚਾਹ ਵੀ ਨੀ ਫੜਾ ਸਕਦਾ ਆਪਣੀ ਬਾਟ ਘੱਟ ਜੂਗੀ, ਆਪਾਂ ਉਧਰ ਨੂੰ ਲੰਘ ਜਾਈਆਂ। ਨੀ ਕਿਹੜਾ ਇਹਨੇ ਆਉਣਾ, ਕਿਹੜਾ ਸੁਣਨੀ ਇਹਨੇ ਗੱਲ ਮੇਰੀ, ਗੱਲ ਸੁਣ ਇਹਨੂੰ, ਕੋਈ ਇਹਨੂੰ ਬੁਲਟ ਦਾ ਲਾਲਚ ਦੇ ਕੇ ਭੇਜ ਦਿੰਦੇ ਆ, ਕਿਹੜਾ ਇਹਨੂੰ ਜਮਾ ਦਵਾਈ ਜਾਂਦੇ ਆ। ਚੱਲ ਇਹ ਕਰ ਲਾ ਫਿਰ ਦੇਖ ਲਾ। ਆਹ ਟਿੰਕੂ ਦੇਖ, ਸੁਣਦਾ ਵੀ ਨਹੀਂ ਟਿੰਕੂ। ਉਰੇ ਆ ਮੜਾ ਆ, ਆ ਬੁਲਟ ਦਾ ਰੰਗ ਦੱਸ ਕੇ ਜਾਈ, ਕਿਹੜਾ ਲੈਣਾ ਮੜਾ ਆ। ਨਾਲੇ ਤੇਰੇ ਟੋਰ ਵੀ ਬਲਾ ਹੀ ਬਣਦੀ ਹੋਣਾ ਫਿਰ ਕਾਲਜੇ ਚ, ਹਨਾ। ਤੂੰ ਐ ਕਰ ਫਿਰ, ਹਨਾ ਆਪਾਂ ਅਸੀਂ ਘਰੇ ਜਾ ਕੇ ਰੰਗ ਦੇਖਦੀ ਆ, ਸੋਚਦੀ ਆ ਅਸੀਂ ਦੋਨੇ ਜਾਣੀ ਆ। ਲੈ ਤੂੰ ਹਨਾ ਭੱਜ ਕੇ ਚਾਹ ਫੜਾ ਵੀਰ ਬਣ ਕੇ, ਭੱਜੇ ਜਾ। ਤੂੰ ਐ ਸੋਚ ਵੀ ਬੁਲਟ ਆ ਗਿਆ ਤੇਰਾ, ਬੁਲਟ ਤੇ ਬੈਠਾ ਜਾਂਦਾ। ਕੀ ਗੱਲ ਆ, ਮੈਂ ਕਿਹਾ ਤੇਰੀ ਭਾਬੀ ਨੇ ਅੱਜ ਤੱਕ ਕੋਈ ਝੂਠ ਬੋਲਿਆ? ਬਾ ਠੀਕ ਆ, ਮੈਂ ਨਹੀਂ ਫੜਾਇਆ। ਚਾਹ ਫੜਾਇਆ ਫਟਾਫਟ, ਚਾਹ ਚ ਪਿਆ ਕੇ ਭਾਂਡਿਆਂ ਤੇ ਪਾਣੀ ਜੇ ਮਾਰਦੀ ਕਿਤੇ ਮੁਸਕ ਮਾਰਨ ਲੱਗ ਗਈ। ਚੰਗਾ 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 ਚੰਗਾ, ਰੋਟੀ ਬਣਾਉਣੇ ਫਿਰ ਅਸੀਂ, ਰੋਟੀ ਵੀ ਲਿਆਈ ਦੁਪਹਿਰੇ ਵਾਲੀ। ਠੀਕ ਆ, ਸੁਣ ਹਰਾ ਕਲਰ ਹੀ ਆ। ਮੈਂ ਕਿਹਾ ਜੇ ਵੀ ਤੋਤੇ ਰੰਗਾ, ਤੋਤੇ ਰੰਗਾ ਹਰਾ। ਦੇਖ ਉਹਨੇ ਕਿੱਡਾ ਲਾਲਚੀ। ਚੱਲ ਨਹੀਂ ਆਪਾਂ ਦਾਲ ਦੂਲ ਧਰੀ ਦੁਪਹਿਰੇ, ਮੂੰਗੀ ਮਸਰੀ ਬਣਾ ਲੈਂਦੇ ਹਾਂ। ਹੋਰ ਕੀ ਕਰੀਏ ਫਿਰ,